ਤਰਨ ਤਾਰਨ ਦੇ ਪਿੰਡ ਘਰਿਆਲਾ ਵਿਖੇ ਗੁਰਦੁਆਰਾ ਰਾਜੇ ਜੰਗ ਦੇ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਦੇਰ ਰਾਤ ਨਾਲੇ ਦੇ ਉੱਪਰ ਗੁਟਕਾ ਸਾਹਿਬ ਨੂੰ ਰੱਖ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਵਿਖੇ ਹਰ ਰੋਜ਼ ਮੱਥਾ ਟੇਕਣ ਆਉਂਦੀ ਇੱਕ ਔਰਤ ਪ੍ਰੀਤਮ ਕੌਰ ਨੇ ਦੱਸਿਆ ਹੈ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਵੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ। ਇਸੇ ਤਰ੍ਹਾਂ ਜਦ ਉਹ ਗੁਰਦੁਆਰੇ ਦੇ ਨੇੜੇ ਪੁੱਜੀ ਤਾਂ ਉਸਨੇ ਦੇਖਿਆ ਕਿ ਗੁਰਦੁਆਰੇ ਦੇ ਨਾਲ ਵਗਦੇ ਗੰਦੇ ਨਾਲੇ ਦੇ ਉੱਪਰ ਤਿੰਨ ਗੁਟਕਾ ਸਾਹਿਬ ਪਏ ਹੋਏ ਸਨ। ਇਹ ਦੇਖਦਿਆਂ ਹੀ ਸਾਰੀ ਘਟਨਾ ਦੀ ਜਾਣਕਾਰੀ ਉਸਨੇ ਗੁਰਦੁਆਰਾ ਸਾਹਿਬ ਵਿਖੇ ਪਾਠ ਕਰ ਰਹੇ ਗ੍ਰੰਥੀ ਸਿੰਘ ਨੂੰ ਦਿੱਤੀ, ਜਿਸ ਤੋਂ ਬਾਅਦ ਉਹਨਾਂ ਵੱਲੋਂ ਗੁਟਕਾ ਸਾਹਿਬ ਨੂੰ ਆਦਰ ਸਨਮਾਨ ਨਾਲ ਚੁੱਕ ਕੇ ਗੁਰਦੁਆਰਾ ਸਾਹਿਬ 'ਚ ਲਿਆਂਦਾ ਗਿਆ। ਇਹ ਸਾਰੀ ਘਟਨਾ ਸੰਬੰਧੀ ਪਿੰਡ ਵਾਸੀਆਂ ਅਤੇ ਪੁਲਿਸ ਚੌਂਕੀ ਘਰਿਆਣਾ ਨੂੰ ਜਾਣਕਾਰੀ ਦਿੱਤੀ। ਇਸ ਸੰਬੰਧੀ ਪੁਲਿਸ ਚੌਂਕੀ ਘਰਿਆਣਾ ਦੇ ਇੰਚਾਰਜ ਸਰਬਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਪ੍ਰੀਤਮ ਕੌਰ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ। ਕੀ ਨਾਮ ਬਾਬਾ ਜੀ ਆਪਣਾ? ਮੇਰਾ ਨਾਮ ਸੁਰਜੀਤ ਸਿੰਘ ਹੈ ਜੀ। ਕੀ ਗੱਲ ਹੋਈ ਹੈ ਜੀ? ਗੱਲ ਇਸ ਤਰ੍ਹਾਂ ਹੋਈ ਹੈ ਵੀ ਮੈਂ ਤਾਂ ਸਵੇਰੇ ਆਣ ਕੇ ਇੱਥੇ ਨੇਤਰੇਮ ਕਰਨ ਡਿਆ ਹਾਂ ਗੁਰੂ ਸਾਹਿਬ ਦੇ, ਅਤੇ ਸੰਗਤ ਆਈ ਆ ਬਾਹਰੋਂ ਅਤੇ ਉਹਨਾਂ ਬਾਹਰ ਗਲੀ 'ਚ ਪਏ ਵੇਖੇ ਗੁਟਕੇ, ਅਤੇ ਇਹ ਸਾਡੇ ਗੁਰਦੁਆਰੇ ਦੇ ਗੁਟਕੇ ਨੇਗੇ ਪਾਸਿਓਂ ਵੀ ਆਪਦੇ ਕੋਲੋਂ ਲਿਆ ਕੇ ਸੁੱਟ ਕੇ ਗਿਆ ਗੁਰਦੁਆਰੇ ਦੇ ਪਿਛਲੇ ਪਾਸੇ ਗਲੀ ਦੇ ਵਿੱਚ, ਅਤੇ ਉਹ ਸੰਗਤ ਫੜ ਕੇ ਲਿਆਈ। ਸੰਗਤ ਨੇ ਦੱਸਿਆ ਮੈਨੂੰ ਕਿਸ ਤਰ੍ਹਾਂ ਗੁਟਕੇ ਬਾਹਰ ਪਏ ਨੇ। ਕਿੰਨੇ ਗੁਟਕਾ ਸਾਹਿਬ? ਤਿੰਨ ਗੁਟਕਾ ਸਾਹਿਬ ਨੇ ਜੀ। ਅਤੇ ਮੁੜ ਕੇ ਮੈਂ ਪ੍ਰਬੰਧਕਾਂ ਨੂੰ ਦੱਸਿਆ, ਪ੍ਰਬੰਧਕਾਂ ਨੇ ਮੁੜ ਕੇ ਆਣ ਕੇ ਫਿਰ ਅਗਲੀ ਕਾਰਵਾਈ ਕੀਤੀ ਹੈ ਜਿਹੜੀ ਕੀਤੀ। ਅਤੇ ਕਿੱਥੇ ਪਏ ਸੀ ਗੁਟਕਾ ਸਾਹਿਬ? ਗੁਟਕਾ ਸਾਹਿਬ ਗੁਰਦੁਆਰੇ ਦੀ ਪਿਛਲੀ ਸਾਈਡ ਗਲੀ ਦੇ ਵਿੱਚ ਪਏ ਸਨ। ਗਲੀ ਦੇ ਵਿੱਚ ਪਏ ਸੀ? ਹਾਂਜੀ। ਕੋਈ ਅੰਗ ਵੀ ਪਾਟੇ? ਨਹੀਂ, ਅੰਗ ਨਹੀਂ ਕੋਈ ਪਾਟਾ ਜੀ, ਗੁਟਕਾ ਸਾਹਿਬ ਹੈ ਉਸ ਤਰ੍ਹਾਂ ਹੀ ਨੇ, ਅਤੇ ਪਰ ਵਿਅਪਤੀ ਕੀਤੀ ਗਈ ਸੁੱਟ ਕੇ ਗਲੀ ਦੇ ਵਿੱਚ। ਅੱਛਾ, ਨਾਮ ਪਤਾ ਜੀ ਤੁਹਾਡਾ? ਪ੍ਰੀਤਮ ਕੌਰ। ਕੀ ਗੱਲ ਹੋਈ ਹੈ ਜੀ ਜਿਹੜੇ? ਗੱਲ ਇਹ ਹੋਇਆ ਵੀ ਅਸੀਂ ਆਏ ਗੁਰਦੁਆਰੇ ਸਾਹਿਬ, ਅਤੇ ਬਾਣੀ ਦੇ ਉੱਤੇ ਗੁਟਕੇ ਸਾਹਿਬ ਪਏ ਜੀ, ਉਸ ਤਰ੍ਹਾਂ ਹੀ ਨਿਦਰੇ ਕਿਸੇ ਨੇ ਰੱਖੇ ਨੇ ਜਿਹਨੇ ਕਿਸੇ ਨੇ। ਕਿੰਨੇ ਸੀ ਗੁਟਕਾ ਸਾਹਿਬ? ਤਿੰਨ ਸਾਹਿਬ, ਇੱਕ ਸੁਖਜੀਤ ਸਾਹਿਬ ਦਾ, ਇੱਕ ਜਪਜੀਤ ਸਾਹਿਬ ਦਾ, ਇੱਕ ਦਾ ਮੈਂ ਅਨਪੜ੍ਹ ਆ, ਮੈਨੂੰ ਵੀ ਨਹੀਂ ਇਸ ਗੱਲ ਦਾ ਪਤਾ, ਮੈਂ ਅਨਪੜ੍ਹ ਕਰਕੇ ਨਾ ਤੋ ਮੈਂ ਦੇਖਿਆ, ਮੁੜ ਕੇ ਮੈਂ ਚੁੱਕ ਕੇ ਲਿਆ ਆ। ਕਿੰਨਾ ਕੁ ਟਾਈਮ ਸੀਗਾ ਜਦੋਂ ਤੁਸੀਂ? ਪੌਣੇ ਸੱਤ ਦਾ ਟਾਈਮ ਆ। ਤੇ ਇਹ ਗੁਟਕਾ ਸਾਹਿਬ ਮੁੜ ਕੇ ਕਿੱਥੇ ਤੁਸੀਂ ਫੜਾਇਆ? ਗੁਰਦੁਆਰੇ ਲਿਆ ਕੇ ਰੱਖੇ ਆ। ਕੀ ਨਾਮ ਭਾਈ ਤੁਹਾਡੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਦਾਸ ਸਤਿਕਾਰ ਕਮੇਟੀ ਪੰਜਾਬ ਰਣਜੀਤ ਸਿੰਘ ਉਦੋਗੇ। ਜੋ ਅੱਜ ਘਟਨਾ ਘਰਿਆਲੇ ਦੇ ਨਗਰ ਵਿੱਚ ਗੁਰਦੁਆਰਾ ਸਾਹਿਬ ਰਾਜਾ ਜੰਗ, ਉਹਦੇ ਬਾਹਰਲੀ ਸਾਈਡ 'ਤੇ ਜੋ ਗੁਟਕਾ ਸਾਹਿਬ ਕੰਧੇ ਨਾਲੇ ਕੋਲ ਰੱਖੇ ਗਏ, ਉਹ ਜਾਣ ਬੁੱਝ ਕੇ ਬੇਅਦਬੀ ਕੀਤੀ ਗਈ ਆ। ਯਾਨੀ ਕਿ ਇਹ ਇੱਥੇ ਨਹੀਂ, ਕਈ ਥਾਵਾਂ 'ਤੇ ਵੀ ਇਹ ਬੇਅਦਬੀਆਂ ਹੋ ਰਹੀਆਂ, ਪਰ ਹੋਰ ਸਿੱਖਾਂ ਦੇ ਗੁਰਦੁਆਰਾ ਸਾਹਿਬ 'ਤੇ ਹੀ ਗਈਆਂ। ਪਰ ਅਸੀਂ ਤਾਂ ਹੁਣ ਇੱਥੇ ਜਦੋਂ ਪਹੁੰਚੇ ਹਾਂ, ਚਲੋ ਗੁਟਕਾ ਸਾਹਿਬ ਉਸ ਤਰ੍ਹਾਂ ਗੰਦੇ ਨਾਲੇ ਕੋਲ ਰੱਖੇ ਗਏ ਆ, ਇਹ ਰੱਖੇ ਜਾਣ ਬੁੱਝ ਕੇ ਆ। ਕੁਝ ਲੋਕ ਜੋ ਧਰਮ ਪਰਿਵਰਤਨ ਕਰ ਰਹੇ ਉਹਨਾਂ ਦੇ ਘਰ ਇਹ ਗੁਟਕਾ ਸਾਹਿਬ ਪਏ ਆ, ਜੋ ਕਿ ਉਹਨਾਂ ਨੂੰ ਬਹੁਤ ਗਲਤ ਨਿਯਮ ਦਿੱਤੇ ਜਾਂਦੇ ਆ, ਨਿਯਮ ਸਮਝਾਇਆ ਜਾਂਦਾ ਉਹ ਤਰੀਕੇ, ਉਹ ਗੁਰੂ ਸਾਹਿਬ ਦੇ ਜਿਹੜੇ ਇਹ ਗੁਟਕਾ ਸਾਹਿਬ ਉਹ ਤਰੀਕੇ ਉਹ ਰੱਖ ਕੇ ਗਏ। ਕੀ ਮੰਗ ਕਰਦੇ ਪੁਲਿਸ ਪ੍ਰਸ਼ਾਸਨ? ਅਸੀਂ ਇਹ ਮੰਗ ਕਰਦੇ ਜੀ ਉੱਤੇ FIR ਕੱਟੀ ਜਾਵੇ, ਉੱਤੇ ਪ੍ਰਸ਼ਾਸਨ ਨੂੰ ਬੰਦੇ ਨੂੰ ਸਾਹਮਣੇ ਲਿਆ ਜਾਵੇ, ਉੱਤੇ 295 ਏ ਦੀ ਧਾਰਾ ਲੱਗੇ, ਜੋ ਕਿ ਸਾਰੇ ਸ਼ਰਿਆਂ ਪਤਾ ਲੱਗੇ ਕਿ ਪ੍ਰਸ਼ਾਸਨ ਨੇ ਕੁਝ ਕਰਕੇ ਵਿਖਾਇਆ ਹੈ। ਤਰਨ ਤਾਰਨ ਤੋਂ ਜਸਵੀਰ ਸਿੰਘ ਲੱਡੂ ਦੀ ਰਿਪੋਰਟ, ਪੰਜਾਬ ਟੂਡੇ।